ਪਰ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਉਨਾ ਹਜੇ ਵਿਕਾਸ ਨਹੀਂ ਹੋਇਆ। ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ 'ਚ ਕੋਈ ਡਾਕਟਰ ਨਹੀਂ ਹੈਗਾ ਜੀ ਮੌਜੂਦ। ਹਾਲਾਂਕਿ ਜਦੋਂ ਅਸੀਂ ਫੋਨ ਕਰਦਾ ਮਤਲਬ 15-20 ਮਿੰਟ 'ਚ ਆ ਜਾਣੀ ਚਾਹੀਦੀ ਹੈ ਐਂਬੂਲੈਂਸ, ਇਹ ਮੇਰੇ ਨਾਲ ਖੁਦ ਹੋਈ ਆ। ਇੱਕ ਸਾਡੀ ਡਿਸਪੈਂਸਰੀ ਅੱਜ ਤੋਂ ਕੋਈ 50 ਸਾਲ ਪੁਰਾਣੀ ਆ, ਉਹਦੀ ਸਾਨੂੰ ਡਾਕਟਰ ਵਧੀਆ ਮਿਲ ਜੂ, ਸਾਨੂੰ ਹੋਰ ਕੋਈ। ਅਸੀਂ ਜਿੰਨੀ ਵਾਰੀ ਵੀ ਗਰਾਊਂਡ ਨੂੰ ਪਾਣੀ ਲਾਇਆ ਆ, ਕਦੀ ਕਿਸੇ ਦੀ ਮਿਹਨਤ ਕੀਤੀ ਆ, ਜ਼ਿਮੀਂਦਾਰ ਦੀ ਕਦੀ ਕਿਸੇ ਦੀ ਮਿਹਨਤ ਕੀਤੀ ਆ। ਅਜੇ ਜਿੱਥੇ ਕੰਮ ਰੁਕਿਆ ਉੱਥੇ ਹੀ ਕੰਮ ਆ। ਪਿੰਡਾਂ ਵਿੱਚੋਂ ਪਿੰਡ ਵਸਦਾ ਸਿੰਘਪੁਰ, ਜਿੱਥੋਂ ਦੇ ਪਿੰਡ ਵਾਸੀ ਬਹੁਤ ਹੀ ਹਸਮੁਖ ਸੁਭਾਅ ਦੇ ਨੇ, ਲੋੜ ਪੈਣ 'ਤੇ ਇੱਕ ਦੂਜੇ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਨੇ। ਅਤੇ ਗੱਲ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ, ਕਿੱਦਾਂ ਦੇ ਵਿਕਾਸ ਇੱਥੋਂ ਦੇ ਹੋ ਚੁੱਕੇ ਨੇ ਅਤੇ ਕਿਹੜੀਆਂ ਕਮੀਆਂ, ਕਿਹੜੀਆਂ ਥੋੜ੍ਹਾ ਇਹਨਾਂ ਨੂੰ ਮਹਿਸੂਸ ਹੁੰਦੀਆਂ ਨੇ, ਜਿਨ੍ਹਾਂ ਦਾ ਵਿਕਾਸ ਅਜੇ ਹੋਣਾ ਬਾਕੀ ਹੈ। ਅਤੇ ਗੱਲ ਕਰਦੇ ਹਾਂ ਪੰਚਾਇਤ ਮੈਂਬਰ ਮੌਜੂਦ ਨੇ ਇੱਥੇ। ਹਾਂਜੀ ਸਰ, ਕੀ ਨਾਮ ਹੈ ਜੀ? ਮੇਰਾ ਨਾਮ ਜਤਿੰਦਰ ਕੁਮਾਰ, ਆਮ ਆਦਮੀ ਪਾਰਟੀ ਦਾ ਮੈਂ ਬਲੋਕ ਪ੍ਰਧਾਨ। ਅਤੇ ਕਾਫੀ ਵਧੀਆ ਤੁਹਾਡੇ ਨਾਲ, ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਪਿੰਡ ਸਿੰਘਪੁਰ ਵਿੱਚ ਆਏ ਹਾਂ ਕਿ ਤੁਸੀਂ ਵੀ ਸਾਨੂੰ ਇੱਥੇ ਆ ਕੇ ਆਪਣੇ ਪਿੰਡ ਦਾ, ਸਾਡੇ ਦਾ ਦੇਖਿਆ ਕਿ ਵਧੀਆ ਲੱਗਦਾ ਕਿ ਤੁਸੀਂ ਆਏ ਹਾਂ। ਅਤੇ ਲੱਗਦਾ ਕਿ ਮੈਨੂੰ ਸਾਡੇ ਪਿੰਡ ਦਾ ਵਿਕਾਸ ਤਾਂ ਕਾਫੀ ਲੰਮਾ ਸਮਾਂ ਹੋ ਗਿਆ, ਵਿਕਾਸ ਦੀ ਗੱਲ ਤਾਂ ਚੱਲਦੀ ਆ, ਪਰ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਉਨਾ ਹਜੇ ਵਿਕਾਸ ਨਹੀਂ ਹੋਇਆ। ਜੇ ਆਪਾਂ ਗੱਲ ਕਰੀਏ ਆਪਣੇ ਸਰਕਾਰੀ ਸਕੂਲਾਂ ਦੀ, ਸਾਡਾ ਸਰਕਾਰੀ ਸਕੂਲ ਕਾਫੀ ਲੰਬੇ ਸਮੇਂ ਤੋਂ 5ਵੀਂ ਤੱਕ ਆ, ਮੈਂ ਵੀ ਉਸੇ ਸਕੂਲ 'ਚ ਪੜ੍ਹਿਆ ਅਤੇ ਹਜੇ ਵੀ ਉਹ ਸਕੂਲ 5ਵੀਂ ਤੱਕ ਹੀ ਆ। ਮੈਂ ਕਾਫੀ ਲੰਬੇ ਸਮੇਂ ਤੋਂ ਮੰਗ ਕਰਦਾ ਵੀ ਸਕੂਲ ਨੂੰ ਕਮ ਸੇ ਕਮ 8ਵੀਂ ਤੱਕ ਕੀਤਾ ਜਾ ਸਕੇ, ਤਾਂ ਜੋ 5ਵੀਂ ਕਲਾਸ ਦੇ ਬੱਚੇ ਸਾਡੇ ਸਕੂਲ 'ਚ 8ਵੀਂ ਕਰਕੇ ਹੀ ਗਾਹਾਂ ਜਾਣ, ਕਿਉਂਕਿ ਉਹ ਥੋੜ੍ਹੇ ਬੜੇ ਹੋ ਜਾਣਗੇ, ਬੜੇ ਹੋਣ ਨਾਲ ਕਿ ਉਹ ਗਾਹਾਂ ਆਪਣੇ ਪੈਰਾਂ 'ਤੇ ਜਾ ਕੇ ਆਪਣਾ ਗਾਹਾਂ ਪੜ੍ਹ ਸਕਦੇ ਨੇ। ਅਤੇ ਦੂਜੀ ਮੇਰੇ ਇਹ ਆ ਕਿ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਇੱਕ ਗਰਾਊਂਡ ਬਹੁਤ ਜ਼ਰੂਰੀ ਆ। ਸਾਡੇ ਕੋਲ ਗਰਾਊਂਡ ਲੈਵਲ ਬਹੁਤ ਵਧੀਆ ਆ, ਪਿੰਡ ਨੇ ਗਰਾਊਂਡ ਬਹੁਤ ਵਧੀਆ ਦਿੱਤੀ ਹੋਈ ਆ, ਪਰ ਉਹਦੀ ਦੇਖ ਰੇਖ ਜਾਂ ਉਹਨੂੰ ਆਪਾਂ ਸਾਂਭ ਸੰਭਾਲ ਲਈ ਸਾਨੂੰ ਇੱਕ ਮਤਲਬ ਗਰਾਊਂਡ ਦੀ 4 ਦੀਵਾਰੀ ਬਹੁਤ ਜ਼ਰੂਰੀ ਆ, ਕਿਉਂਕਿ ਜੇ ਆਪਾਂ 4 ਦੀਵਾਰੀ ਗਰਾਊਂਡ ਦੀ ਹੋ ਜਾਵੇ ਉਹਦੇ ਨਾਲ ਕੀ ਹੋਣਾ ਕਿ ਆਰਾ ਜਿਹੜੇ ਪਸ਼ੂ ਆਪਾਂ ਗੁਜਰਾਂ ਦੇ ਪਸ਼ੂ ਆ ਜਾਂਦੇ ਜਾਂ ਹੋਰ ਅਵਾਰਾ ਪਸ਼ੂ ਆ ਜਾਂਦੇ, ਕੋਈ ਬਾਹਰਲੀ ਗੱਡੀਆਂ ਗੁੱਡੀਆਂ ਵਿੱਚ ਗੱਡੀ ਆ ਜਾਂਦੀ ਹੈ, ਉਹਦੇ ਨਾਲ ਗਰਾਊਂਡ ਦੀ ਜਿਹੜੀ ਹੈਗੀ ਆ ਸਥਿਤੀ ਸਹੀ ਨਹੀਂ ਰਹਿੰਦੀ ਹੈਗੀ। ਉਹਨੂੰ ਦੇਖਦੇ ਹੋਏ ਆਪਾਂ ਇਹ ਵੀ ਚਾਹੁੰਦੇ ਹਾਂ ਕਿ ਗਰਾਊਂਡ ਦੀ 4 ਦੀਵਾਰੀ ਹੋ ਜਾਵੇ। ਦੂਜਾ, ਤੀਜੇ ਨੰਬਰ 'ਤੇ ਸਾਡਾ ਕੰਮ ਇਹ ਆ ਕਿ ਸਾਡੇ ਪਿੰਡ ਨੂੰ ਪਾਣੀ ਦੀ ਸਮੱਸਿਆ ਬਹੁਤ ਲੰਬੇ ਸਮੇਂ ਤੋਂ ਆ, ਸਾਨੂੰ ਤੀਜੇ ਚੌਥੇ ਪਿੰਡ ਤੋਂ ਜਿਹੜਾ ਪਾਣੀ ਆ ਰਿਹਾ ਆ। ਅਸੀਂ ਡਾਕਟਰ ਸਾਹਿਬ ਤੋਂ ਵੀ ਮੰਗ ਰੱਖੀ ਸੀ ਅਤੇ ਹਰਮਿੰਦਰ ਸਿੰਘ ਸੰਧੂ ਤੋਂ ਵੀ ਮੰਗ ਰੱਖੀ ਸੀ, ਇਹ ਸਾਡੀ ਦੋਨਾਂ ਜਣਿਆਂ ਨੇ ਸਾਡੀ ਮੰਗ ਮੰਨ ਲਈ ਆ ਕਿ ਆਪਾਂ ਪਾਣੀ ਜਿਹੜਾ ਹੈਗਾ ਆ ਉਹ ਸਾਨੂੰ ਦਿੱਤਾ ਜਾ ਰਿਹਾ ਆ। ਹੁਣ ਇਹ ਸਾਡੇ ਕਾਫੀ ਥੋੜ੍ਹੇ ਟਾਈਮ 'ਤੇ ਟਿਊਬਵੈੱਲ ਦੀ ਜਿਹੜੀ ਮੰਗ ਹੈ ਪੂਰੀ ਕਰ ਦਿੱਤੀ ਗਈ ਆ, ਅਸੀਂ ਡਾਕਟਰ ਸਾਹਿਬ ਦਾ ਅਤੇ ਸੰਧੂ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਰਿਹਾ ਆਪਣਾ ਕੰਮ ਸਾਡੇ ਪਾਈਪਲਾਈਨ ਦਾ, ਸੀਵਰੇਜ ਪਾਈਪਲਾਈਨ, ਗਰਾਊਂਡ ਦੇ ਵਿੱਚ ਇੱਕ ਨਾਲਾ ਆ ਚੱਲਦਾ, ਉਹ ਗਰਾਊਂਡ ਦੇ ਵਿੱਚ ਉਹਦਾ ਪਾਣੀ ਪੈ ਰਿਹਾ, ਪਿੰਡ ਦਾ ਪਾਣੀ ਜਿਹੜਾ ਉਹ ਗਰਾਊਂਡ ਦੇ ਵਿੱਚ ਹੀ ਪੈ ਰਿਹਾ ਸੀ, ਉਹਦੇ ਵਾਸਤੇ ਅਸੀਂ ਸੀਵਰੇਜ ਵਾਸਤੇ ਆਪਾਂ ਪੈਸੇ ਦੀ ਮੰਗ ਕੀਤੀ ਹੋਈ ਆ। ਅਤੇ ਉਹ ਸੀਵਰੇਜ ਪੈਜ ਨਾਲ ਕੀ ਹੋਣਾ ਵੀ ਗਰਾਊਂਡ ਦਾ ਜਿਹੜਾ ਵਿਕਾਸ ਆ ਉਹ ਵਧੀਆ ਹੋ ਜਾਣੀ, ਗਰਾਊਂਡ ਉਹਨਾਂ ਪਾਣੀ ਰੁਕ ਜਾਣਾ ਅਤੇ ਪਾਣੀ ਦਾ ਵਿਕਾਸ ਨਿਕਲ ਜਾਣਾ ਅਤੇ ਪਾਣੀ ਜਿਹੜਾ ਹੈਗਾ ਉੱਥੇ ਗਰਾਊਂਡ ਹੈ ਉਹ ਸਾਫ਼ ਸੁਥਰੀ ਹੋ ਜਾਣੀ ਆ। ਅਤੇ ਬਾਕੀ ਗਰਾਊਂਡ ਦੇ ਵਿੱਚ ਆਪਾਂ ਨਸ਼ੇ ਨੂੰ ਮੁਕਤ ਕਰਨ ਵਾਸਤੇ ਆਪਾਂ ਨੌਜਵਾਨ ਨੂੰ ਪ੍ਰੇਰਿਤ ਕਰਦੇ ਹਾਂ ਵੀ ਤੁਸੀਂ ਗਰਾਊਂਡ 'ਚ ਜਾਓ, ਆਪਣੀ ਗੇਮ ਲਾਓ ਅਤੇ ਵਧੀਆ ਜਿਹੜੇ ਆਪਣੇ ਭਵਿੱਖ ਨੂੰ ਬਣਾਓ। ਅਤੇ ਉਸ ਤੋਂ ਬਾਅਦ ਜੇ ਆਪਾਂ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਕਾਫੀ ਆਪਣਾ ਹੋਰ ਵੀ ਕੰਮ ਬਹੁਤ ਆਉਂਦੇ, ਅਤੇ ਕਰਨ ਵਾਲੇ ਕੰਮ ਜਿਹੜੇ ਮੇਨ ਨੇ ਉਹ ਇਹੀ ਆ ਕਿ ਆਪਾਂ ਐਜੂਕੇਸ਼ਨ ਨੂੰ ਵਧੀਆ ਤਰੀਕੇ ਨਾਲ ਕਰ ਲਈਏ, ਐਜੂਕੇਸ਼ਨ ਹੋ ਜਾਵੇ ਕਿ ਬੱਚਾ ਪੜ੍ਹ ਕੇ ਆਪਣੇ ਪੈਰਾਂ 'ਤੇ ਖੁਦ ਹੋ ਸਕਦਾ ਆ। ਜੇ ਅਸੀਂ ਐਜੂਕੇਸ਼ਨ ਦੇ ਦਿੱਤੀ ਤਾਂ ਬੱਚਾ ਸਮਝ ਲਓ ਆਪਣਾ ਆਪਾਂ ਤਿਆਰ ਕਰ ਲਿਆ। ਅਤੇ ਬਾਕੀ ਰਹੇ ਆਪਣੇ ਕੰਮਕਾਜ ਦੀ, ਆਹ ਕਾਫੀ ਲੰਬੇ ਸਮੇਂ ਤੋਂ ਦੇਖਿਆ ਹੋਣਾ ਇੱਥੇ 10 ਫੁੱਟ ਡੂੰਘਾ ਨਾਲਾ ਸੀਗਾ, 10 ਫੁੱਟ ਘੱਟੋ ਘੱਟ ਨਹੀਂ ਡੂੰਘਾ ਸੀ ਇੱਥੇ, ਆਪਾਂ ਖੜ੍ਹੇ ਹੋਣ ਦੀ ਬਹੁਤ ਦੂਰ ਦੀ ਗੱਲ, ਆਪਾਂ ਇੱਥੇ ਕੋਲ ਲੰਘ ਵੀ ਨਹੀਂ ਸਕਦੇ ਸੀ, ਖੜ੍ਹੇ ਹੋਣ ਤਾਂ ਬਹੁਤ ਦੂਰ ਦੀ ਗੱਲ ਆ, ਕਿਉਂਕਿ ਸਮੈਲ ਇੰਨੀ ਭੈੜੀ ਆਉਂਦੀ ਹੁੰਦੀ, ਨਾਲਾ ਚੱਲਦਾ ਹੁੰਦਾ ਸੀਗਾ, ਇਹ 'ਤੇ ਕੋਈ ਸਫਾਈ ਨਹੀਂ ਹੁੰਦੀ ਸੀਗੀ, ਅੱਜ ਤੱਕ ਕਿਸੇ ਨੇ ਗੌਰ ਨਹੀਂ ਦਿੱਤਾ।
ਇਹ ਵਿਕਾਸ ਸਾਡੇ ਮਾਨ ਸਾਹਿਬ ਦੀ ਸੋਚ ਸੀ। ਉਹਨਾਂ ਨੇ ਕਿਹਾ ਵੀ ਪਿੰਡਾਂ ਦੇ ਕੋਈ ਵੀ ਹੈ, ਕਿਸੇ ਨੂੰ ਵੀ ਮੈਂ ਕਿਹਾ, ਉਹਨਾਂ ਨੇ ਇਹ ਕੰਮ ਕਰਵਾ ਕੇ ਦਿਖਾ ਦਿੱਤਾ ਅਤੇ ਉਹ ਕਹਿੰਦੇ ਸੀ ਨਹੀਂ ਹੁਣ ਇਹ ਤਾਂ ਵੀ ਹੋ ਗਿਆ। ਮੈਂ ਪਿੰਡ ਦੇ ਸਰਪੰਚ ਸਾਹਿਬ ਨੇ ਵੀ ਉਸਦੇ ਮੇਰਾ ਸਹਿਯੋਗ ਕੀਤਾ ਅਤੇ ਸੈਕਟਰੀ ਸਾਹਿਬਾਨ ਨੇ ਵੀ ਸਹਿਯੋਗ ਕੀਤਾ ਅਤੇ ਹਰਮਿੰਦਰ ਸਿੰਘ ਸੰਧੂ ਨੇ ਵੀ ਸਹਿਯੋਗ ਕੀਤਾ। ਇਹ ਕਾਫੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਾਫੀ ਵਿਕਾਸ ਤਾਂ ਆਪਾਂ ਹੋਰ ਵੀ ਕਰਨਗੇ, ਅਤੇ ਕਿਉਂਕਿ ਸਹਿਯੋਗ ਚਾਹੀਦਾ, ਮੇਨ ਗੱਲ ਹੈ ਸਹਿਯੋਗ ਦੀ, ਕਿਉਂਕਿ ਜੇ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਮਿਲੇਗਾ ਤਾਂ ਪੂਰਾ ਮਤਲਬ ਵਿਕਾਸ ਪੂਰਾ ਹੋਊਗਾ। ਮਾਨ ਸਾਹਿਬ ਨੇ ਵੀ ਕਾਫੀ ਆਪਣੇ ਵਿਕਾਸ ਲਈ ਪੈਸਾ ਫੰਡ ਜਾਰੀ ਕਰਨ ਜਾ ਰਹੇ ਨੇ, ਕਿਉਂਕਿ ਇਹਨਾਂ ਪਿੰਡਾਂ ਦੇ ਜੇ ਪੈਸਾ ਆਊਗਾ ਤਾਂ ਪਿੰਡਾਂ ਦਾ ਵਿਕਾਸ ਹੋਣਾ, ਅਤੇ ਉਹ ਕਾਫੀ ਮੇਰਾ ਖਿਆਲ ਪੈਸਾ ਆਉਣ ਜਾਏ ਤਿਆਰੀ ਆ, ਕਿਉਂਕਿ ਹੁਣ ਨਵੇਂ ਤਿਆਰੀ ਕੀਤੀ ਜਾ ਰਹੀ ਹੈ ਵਿਕਾਸ ਦੇ ਕੰਮ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ ਜੀ? ਸਤਨਾਮ ਸਿੰਘ ਹੈ ਜੀ। ਸਤਨਾਮ ਸਿੰਘ ਜੀ, ਕਿਹੜੇ ਪਿੰਡ ਤੋਂ ਤੁਸੀਂ? ਪਿੰਡ ਸਿੰਘਪੁਰ ਆ ਜੀ। ਸਿੰਘਪੁਰ ਤੋਂ ਬਾਣਾ ਪਾਇਆ, ਬੜੇ ਫੱਬ ਕੇ ਖੜ੍ਹੇ ਹੋ ਜੀ, ਅਤੇ ਪਿੰਡ ਦੇ ਵਿਕਾਸ ਨੂੰ ਕਿਵੇਂ ਦੇਖਦੇ ਹੋ, ਕਿੱਥੇ ਕਮੀਆਂ ਮਹਿਸੂਸ ਕਰਦੇ ਹੋ ਪਿੰਡ ਦੀਆਂ? ਦੇਖੋ ਜੀ, ਫਿਲਹਾਲ ਤਾਂ ਮਤਲਬ ਕਮੀਆਂ ਹੈਗੀਆਂ ਵੀ ਆ, ਅਸੀਂ ਇਹ ਨਹੀਂ ਕਹਿੰਦੇ ਕਮੀਆਂ ਨਹੀਂ ਹੈਗੀਆਂ, ਜਿਵੇਂ ਕੁਛ ਹੱਦ ਤੱਕ ਕਮੀਆਂ ਦੂਰ ਹੋਈਆਂ ਵੀ ਆ, ਲੇਕਿਨ ਜਿਹੜੀਆਂ ਸਾਡੇ ਜ਼ਿਆਦਾ ਸਮੱਸਿਆ ਸਾਨੂੰ ਟਿਊਬਵੈੱਲ ਦੀ ਸਮੱਸਿਆ ਆ। ਸਾਨੂੰ ਦਸ ਆਪਣੇ 11 ਸਾਲ ਹੋ ਗਏ ਇੱਥੇ ਆਇਆਂ ਨੂੰ, ਲੇਕਿਨ ਪਾਣੀ ਦੀ ਬਹੁਤ ਸਮੱਸਿਆ ਆ। ਜਿਸ ਵੇਲੇ ਪਾਣੀ ਨਹੀਂ ਆਉਂਦਾ ਨਾ, 10-12 ਦਿਨ ਪਾਣੀ ਨਹੀਂ ਆਉਂਦਾ, ਫਿਰ ਸਾਨੂੰ ਬਹੁਤ ਜੂਝਣਾ ਪੈਂਦਾ, ਫਿਰ ਸਾਨੂੰ ਲੜਨਾ ਵੀ ਪੈਂਦਾ, ਕੋਲੋਂ ਪੈਸੇ ਵੀ ਲਾਉਣੇ ਪੈਂਦੇ ਆ, ਫਿਰ ਸਾਨੂੰ ਸਰਪੰਚਾਂ ਪੈਂਚਾਂ ਨਾਲ ਵੀ ਔਖਾ ਆਉਣਾ ਪੈਂਦਾ ਆ। ਇਸ ਕਰਕੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਡੇ ਪਿੰਡ ਦੇ ਵਿੱਚ, ਹੋਰ ਵਿਕਾਸ ਜਿਹੜਾ ਹੋਇਆ ਉਹ ਤੁਹਾਡੇ ਸਾਹਮਣੇ ਆ, ਵਿਕਾਸ ਹੋਇਆ ਵੀ ਆ, ਅਸੀਂ ਨਹੀਂ ਕਹਿੰਦੇ ਨਹੀਂ ਹੋਇਆ, ਜਿਹੜਾ ਹੋਇਆ ਵਧੀਆ ਹੋਇਆ, ਲੇਕਿਨ ਜਿਹੜੀ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਸਮੱਸਿਆ ਡੂੰਘੀ ਆ। ਅਸੀਂ ਸਰਕਾਰਾਂ ਨੂੰ ਕਹਿੰਦੇ ਵੀ ਉਹਦੇ ਬਾਰੇ ਸਾਡੇ 'ਤੇ ਜ਼ਰੂਰ ਪਿੰਡ 'ਤੇ ਗੌਰ ਕਰਨ, ਸਾਡੇ ਪਿੰਡ ਟਿਊਬਵੈੱਲ ਦੀ ਜਿਹੜੀ ਸਮੱਸਿਆ ਉਹ ਹੱਲ ਕੀਤੀ ਜਾਵੇ। ਜੇ ਹੈਲਥ ਦੀ ਗੱਲ ਕਰੀਏ ਤਾਂ ਸਿਹਤ ਨੂੰ ਲੈ ਕੇ ਕਿਵੇਂ ਦੇਖਦੇ ਹੋ, ਕਿ ਕੋਈ ਡਿਸਪੈਂਸਰੀ, ਕੋਈ ਕਲੀਨਿਕ ਕਿਸੇ ਤਰ੍ਹਾਂ ਦਾ ਪਿੰਡ ਦੇ ਵਿੱਚ ਉਪਲਬਧੀ ਹੈ? ਸਵਾਲ ਬਹੁਤ ਵਧੀਆ ਤੁਹਾਡਾ, ਲੇਕਿਨ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਕੋਈ ਡਾਕਟਰ ਨਹੀਂ ਹੈਗਾ ਜੀ ਮੌਜੂਦਾ। ਅਸੀਂ ਇਹਦੇ ਆਪਣੇ ਤੌਰ 'ਤੇ ਵੀ ਅਸੀਂ ਗਏ ਸੀਗੇ ਹੁਸ਼ਿਆਰਪੁਰ, ਆਪਾਂ ਮਿਲ ਕੇ ਆਏ ਉੱਥੇ ਜਾ ਕੇ, ਮੰਗ ਪੱਤਰ ਵੀ ਦੇ ਕੇ ਆਏ, ਲੇਕਿਨ ਉਹਦੇ ਬਾਰੇ ਵੀ ਕੋਈ ਸੁਣਵਾਈ ਨਹੀਂ ਹੋਈ ਹੈ ਸਾਡੀ। ਡਾਕਟਰ ਕਹਿੰਦੇ ਵੀ ਸਾਡੇ ਪਿੱਛੇ ਡਾਕਟਰ ਹੈ ਨਹੀਂ, ਵੀ ਨਵੇਂ ਕਲੀਨਿਕ ਬਣੀ ਜਾਂਦੇ ਆ, ਜਿਹੜੇ ਪੁਰਾਣੇ ਡਾਕਟਰ ਆ ਉਹ ਇੱਧਰ ਉੱਧਰ ਚੱਕ ਕੇ ਕਰੀ ਜਾਂਦੇ ਆ, ਪਰ ਲੇਕਿਨ ਸਾਡੀ ਕਹਿੰਦੇ ਬਸ ਦੀ ਗੱਲ ਨਹੀਂ ਹੈਗੀ। ਔਰ ਇਹ ਮਾਨ ਸਰਕਾਰ ਨੂੰ ਇਹ ਵੀ ਕਹੂੰਗਾ ਵੀ ਸਾਡੇ ਪਿੰਡ 'ਚ ਡਾਕਟਰ ਦੀ ਵੀ ਸਹੂਲਤ ਵੀ ਜ਼ਰੂਰ ਹੋਣੀ ਚਾਹੀਦੀ ਆ, ਮੈਡੀਕਲ ਫੈਸਿਲਿਟੀ ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਸਾਡੇ ਪਿੰਡ ਨੂੰ 7 ਤੋਂ 8 ਪਿੰਡ ਲੱਗਦੇ ਆ, ਸਿੰਘਪੁਰ ਨੂੰ ਇੱਕ ਡਿਸਪੈਂਸਰੀ ਨੂੰ 8 ਪਿੰਡ ਲੱਗਦੇ ਆ, ਇਹ 8 ਪਿੰਡਾਂ ਨੂੰ ਮਜਬੂਰੀ ਆ, ਫਿਰ ਇੱਧਰ ਉੱਧਰ ਦੌੜਨਾ ਪੈਂਦਾ, ਇਸ ਗੱਲ 'ਤੇ ਸਾਨੂੰ ਬਹੁਤ ਘਾਟ ਇਸ ਚੀਜ਼ ਦੀ। ਐਂਬੂਲੈਂਸ ਦੀ ਜੇ ਗੱਲ ਕਰੀਏ, ਕੋਈ ਆ ਜਾਂਦੀ ਐਂਬੂਲੈਂਸ ਜੇ ਕਾਲ ਕਰਦੇ ਹੋ ਤਾਂ ਪਿੰਡ 'ਚ? ਦੇਖੋ ਜੀ, ਮੇਰੇ ਖੁਦ ਜਿੱਦਾਂ ਮਤਲਬ ਡਿਲੀਵਰੀ ਹੋਈ ਸੀਗੀ, ਐਂਬੂਲੈਂਸ ਬਹੁਤ ਲੇਟ ਆਈ ਸੀ ਉਸ ਵੇਲੇ, ਵਾਈਫ ਮੇਰਾ ਬੱਚਾ ਹੈ ਨਾ ਛੋਟਾ, ਅਤੇ ਉਹ ਤਕਰੀਬਨ 1.5-2 ਘੰਟੇ ਬਾਅਦ ਆਈ ਸੀਗੀ। ਹਾਲਾਂਕਿ ਜਦੋਂ ਅਸੀਂ ਫੋਨ ਕਰਦਾ ਮਤਲਬ 15-20 ਮਿੰਟ 'ਚ ਆ ਜਾਣੀ ਚਾਹੀਦੀ ਹੈ ਐਂਬੂਲੈਂਸ, ਇਹ ਮੇਰੇ ਨਾਲ ਖੁਦ ਹੋਈ ਆ, ਔਰ ਇੱਥੇ ਨਹੀਂ ਹੋਈ, ਮੈਂ ਅਸੀਂ ਮਾਲਪੁਰ ਰਹਿੰਦੇ ਸੀ, ਉੱਥੇ ਵੀ ਇਹੀ ਗੱਲ ਹੋਈ ਸਾਡੇ ਨਾਲ ਹੋਈ, ਇਸ ਕਰਕੇ ਥੋੜ੍ਹੀ ਘਾਟ ਵੀ ਆ ਜੀ। ਹਾਂਜੀ ਸਰ, ਕੀ ਨਾਮ ਹੈ ਜੀ? ਸੋਢੀ। ਹਾਂਜੀ, ਕੀ ਕਹਿਣਾ ਚਾਹੋਗੇ ਸਰ? ਮੈਂ ਖੇਤੀਬਾੜੀ ਕਰਦਾ ਜੀ। ਹਾਂਜੀ, ਸਭ ਤੋਂ ਵਧੀਆ ਤਾਂ ਮਾਨ ਸਾਹਿਬ ਨੇ ਸਾਡੇ ਜਿਹੜੇ ਟੂਲ ਟੈਸਟ ਚੱਕੇ ਆ ਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ, ਇਹ ਸਭ ਤੋਂ ਬੜੀ ਬਹਾਦਰੀ ਵਾਲੀ ਗੱਲ ਉਹਨੇ ਕੀਤੀ ਆ। 12-13 ਸਾਲ ਤੋਂ ਸਾਡੇ ਇੱਕ ਨਹਿਰ ਖੰਡਰ ਬਣੀ ਹੋਈ ਸੀ, ਕੰਢੀ ਏਰੀਏ 'ਚ ਨਹੀਂ ਨਹਿਰ ਬਣਾਈ ਸੀ, ਉਹ ਖੰਡਰ ਸੀ, ਉਹ ਮਾਨ ਸਾਹਿਬ ਦਾ ਸਭ ਤੋਂ ਬੜੀ ਦੇਣ ਆ, ਜਿਹੜਾ ਕਿ ਜਦੋਂ ਦੀ ਨਹੀਂ ਸਰਕਾਰ ਆਈ ਆ ਉਦੋਂ ਦੇ ਪਾਣੀ ਉਹ ਚੁੱਕਦੇ ਬੰਦ ਨਹੀਂ ਹੋਇਆ। ਤੀਜੇ ਨੰਬਰ 'ਤੇ ਗੱਲ ਇਹ ਆ ਵੀ ਮਾਨ ਸਾਹਿਬ ਨੇ ਜਿਹੜਾ ਬਿੱਲਾਂ ਦਾ ਵੀ ਕੰਮ ਕੀਤਾ, ਜੇ ਆਪਾਂ ਸਹੀ ਢੰਗ ਨਾਲ ਬਿਜਲੀ ਬਾਲੀਏ ਤਾਂ ਸਾਡਾ ਬਿੱਲ ਨਹੀਂ ਆਉਂਦਾ ਜਦੋਂ ਦੀ ਜਿਹੜੀ ਸਰਕਾਰ ਆਈ ਆ। ਤੀਜੇ ਨੰਬਰ 'ਤੇ ਗੱਲ ਇਹ ਆ ਵੀ ਜਦੋਂ ਵੀ ਕਿਸੇ ਆਪਾਂ ਸਰਕਾਰੀ ਅਦਾਰੇ 'ਚ ਜਾਂਦੇ ਹਾਂ ਤਾਂ ਸਾਨੂੰ ਸ਼੍ਰੀਮਾਨ ਜੀ ਕਹਿ ਕੇ ਬੁਲਾਉਂਦੇ ਆ। ਹਾਂਜੀ, ਇਸ ਕਰਕੇ ਮੈਨੂੰ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼, ਮੈਂ ਦਿਲੋਂ ਧੰਨਵਾਦ ਹੈ ਇਹਨਾਂ ਦੀ ਸਰਕਾਰ ਦਾ। ਖੇਤੀਬਾੜੀ ਦੀ ਗੱਲ ਕੀਤੀ ਆ, ਤੁਸੀਂ ਖੇਤੀਬਾੜੀ ਕਰਦੇ ਹੋ, ਕਿੱਥੋਂ ਤੱਕ ਸਰਕਾਰ ਵੱਲੋਂ ਜਿਹੜੀਆਂ ਯੋਜਨਾਵਾਂ ਕਿਸਾਨਾਂ ਤੱਕ ਪਹੁੰਚਦੀਆਂ ਪੂਰੀਆਂ? ਬਹੁਤ ਵਧੀਆ, ਜੇ ਆਪਾਂ ਕਿਤੇ ਵੀ ਜਾਂਦੇ ਕੋਈ ਦਵਾਈ 2 ਨੰਬਰ ਦੀ ਨਹੀਂ ਮਿਲਦੀ, ਹਰ ਇੱਕ ਬੰਦਾ 2 ਨੰਬਰ ਦਾ ਕੰਮ ਕਰਨ ਤੋਂ ਪਹਿਲਾਂ ਡਰਦਾ ਵੀ ਕਿਤੇ ਦਵਾਈ 2 ਨੰਬਰ ਦੀਆਂ ਦੇ ਦਿਆਂ ਹੋਰ ਨਾ ਜ਼ਰੂਰ ਕੋਈ ਚੈੱਕ ਕਰ ਲਵੇ, ਇਸ ਕਰਕੇ ਸਾਨੂੰ ਇਸ ਗੱਲ ਦਾ ਬਹੁਤ ਫਾਇਦਾ ਆ। ਹਾਂਜੀ, ਕੋਈ ਹੋਰ ਤੁਹਾਡੇ ਵੱਲੋਂ ਸੁਝਾਅ ਹੋਵੇ ਕਿਸੇ ਤਰ੍ਹਾਂ ਦਾ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਸੁਝਾਅ ਭਾਅ ਜੀ, ਇੱਕ ਸਾਡੇ ਪਾਣੀ ਦੀ ਪ੍ਰੋਬਲਮ ਥੋੜ੍ਹੀ ਜਿਹੀ ਹੱਲ ਹੋ ਜਾਵੇ, ਇੱਕ ਸਾਡੀ ਡਿਸਪੈਂਸਰੀ ਅੱਜ ਤੋਂ ਕੋਈ
50 ਕੁ ਸਾਲ ਪੁਰਾਣੀ ਆ, ਉਹਦੇ 'ਚ ਸਾਨੂੰ ਡਾਕਟਰ ਵਧੀਆ ਮਿਲ ਜੂ, ਸਾਨੂੰ ਹੋਰ ਕੋਈ ਸਭ ਬਾਕੀ ਸਭ ਠੀਕ ਆ। ਡਿਸਪੈਂਸਰੀ ਨਵੇਂ ਤੌਰ 'ਤੇ ਬਣਨ ਵਾਲੀ, ਮਤਲਬ ਕਹਿ ਲਓ ਵੀ ਖਸਤਾ ਹਾਲਤ ਦੀ ਆ, ਰਿਪੇਅਰ ਰਿਪੂਰ ਹੁੰਦੀ ਆ ਮਾੜੀ ਮੋਟੀ, ਲੇਕਿਨ ਉਹ ਰਿਪੇਅਰ ਨਹੀਂ, ਉਹ ਨਵੇਂ ਨਵੇਂ ਸਿਰ ਤੋਂ ਬਣਨੀ ਚਾਹੀਦੀ ਆ। ਉਹ ਡਾਕਟਰ ਦੀ ਹਾਂਜੀ ਚੱਕੇ ਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਏਰੀਏ ਦੇ, ਸਭ ਤੋਂ ਬੜੀ ਵਧੀਆ ਗੱਲ ਨਹੀਂ ਕੀਤੀ ਆ ਕਿ ਜਦਕਿ ਅਸੀਂ ਕਿਸੇ ਬਿਮਾਰ ਨੂੰ ਲੈ ਕੇ ਨਹੀਂ ਅਸੀਂ ਜਾ ਸਕਦੇ, ਤੇਲ ਤੋਂ ਵੱਧ ਸਾਨੂੰ ਟੂਲ ਟੈਕਸ ਦੇਣੇ ਪੈਂਦੇ ਸੀ। ਟੂਲ ਟੈਕਸ ਚੱਕਣਾ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ, ਜਦ ਇਹ ਕੰਢੀ ਏਰੀਆ ਤਾਂ ਪਹਿਲਾਂ ਹੀ ਗਰੀਬ ਸੀ, ਇਹਨੇ ਜਿੰਨੇ ਟੂਲ ਟੈਕਸ ਸੀ ਕੰਢੀ ਏਰੀਏ 'ਚ ਲਾ ਦਿੱਤੇ, ਸਾਰੇ ਕੰਢੀ ਏਰੀਏ ਟੂਲ ਟੈਕਸ ਚੱਕ ਹੋਣ, ਟੂਲ ਪਲਾਜੇ, ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਹਾਂਜੀ ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਸ਼ਨ ਬਿਰਦੀ ਹੈ। ਹਾਂਜੀ, ਕਿਵੇਂ ਦੇਖਦੇ ਹੋ ਕਿ ਗਰਾਊਂਡ ਦੀ ਲੈ ਕੇ ਜੇ ਗੱਲ ਕਰੀਏ ਤਾਂ ਖੇਡਾਂ ਦੇ ਵਿੱਚ ਜੇ ਤੁਸੀਂ ਖੇਡਣਾ ਜਾਂ ਬੱਚੇ ਖੇਡਦੇ ਆ ਗਰਾਊਂਡ ਵਿੱਚ ਜਾਣਾ ਪੈਂਦਾ, ਤਾਂ ਗਰਾਊਂਡ ਦਾ ਕਿੱਦਾਂ ਦਾ ਹੈਗਾ ਸਿਸਟਮ? ਗਰਾਊਂਡ ਦਾ ਸਿਸਟਮ ਕੋਈ ਵਧੀਆ ਨਹੀਂ, ਗਰਾਊਂਡ ਦਾ ਇੱਥੇ ਸਿਸਟਮ ਵਧੀਆ ਨਹੀਂ ਹੈਗਾ ਬਹੁਤਾ ਵਧੀਆ। ਇੱਕ ਤਾਂ ਪਹਿਲੀ ਗੱਲ, ਉੱਥੇ ਬੋਰ ਨਹੀਂ ਹੋਇਆ ਹੈਗਾ ਗਰਾਊਂਡ ਦੇ ਵਿੱਚ, ਜਦਕਿ ਗਰਾਊਂਡ ਦੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਹਰੇਕ ਪਿੰਡ ਦੇ ਵਿੱਚ ਬੋਰ ਹੋਣਾ ਚਾਹੀਦਾ ਹੈ ਗਰਾਊਂਡ ਦੇ ਵਿੱਚ, ਕਿ ਉਹ ਸਰਕਾਰ ਸਾਨੂੰ ਬੋਰ ਕਰਾ ਕੇ ਦੇਵੇ ਗਰਾਊਂਡ ਦੇ ਵਿੱਚ, ਤਾਂ ਜੋ ਅਸੀਂ ਉਹਨੂੰ ਪਾਣੀ ਲਾ ਸਕੀਏ। ਅਸੀਂ ਜਿੰਨੀ ਵਾਰੀ ਵੀ ਗਰਾਊਂਡ ਨੂੰ ਪਾਣੀ ਲਾਇਆ ਜਾਂ ਕਦੀ ਕਿਸੇ ਦੀ ਮਿਹਨਤ ਕੀਤੀ ਆ ਜ਼ਿਮੀਂਦਾਰ ਦੀ, ਕਦੀ ਕਿਸੇ ਦੀ ਮਿਹਨਤ ਕੀਤੀ ਆ, ਤਾਂ ਜਾ ਕੇ ਸਾਨੂੰ ਗਰਾਊਂਡ ਦੇ ਵਿੱਚ ਪਾਣੀ ਮਿਲਿਆ। ਬਾਕੀ ਮੀਂਹ ਦਾ ਤੁਸੀਂ ਦੇਖਦੇ ਜਾਂ ਮੀਂਹ ਤਾਂ ਕਦੀ ਪੈਂਦਾ ਕਦੀ ਨਹੀਂ ਪੈਂਦਾ ਆ, ਇਸ ਕਰਕੇ ਗਰਾਊਂਡ ਜਿਹੜੀ ਆ ਕਿ ਇਸ ਸਮੇਂ ਸੁੱਕ ਗਈ ਸੀਗੀ ਆ ਪਿੱਛੇ ਜੇ ਜਿਉਂ ਹੀ, ਸਾਨੂੰ ਜ਼ਿਮੀਂਦਾਰ ਤੋਂ ਪਾਣੀ ਲੈਣਾ ਪਿਆ ਗਰਾਊਂਡ ਵਿੱਚ ਲਾਉਣ ਵਾਸਤੇ, ਉਦੋਂ ਸਾਨੂੰ ਬਹੁਤ ਮੁਸ਼ਕਿਲ ਹੋਈ ਆ। ਨੌਜਵਾਨ ਪਿੰਡ ਦੇ ਮੁੰਡੇ ਆ, ਉਹਨਾਂ ਨੇ ਬਹੁਤ ਪਹਿਲ ਕੀਤੀ ਆ, ਅੱਜ ਤੋਂ ਆਪਣੇ ਮੇਰੇ ਖਿਆਲ 70-80 ਬੂਟੇ ਉਹਨੇ ਲਾ ਦਿੱਤੇ ਆ, ਪਹਿਲਾਂ ਵੀ ਲਾਏ ਸੀਗੇ ਜੋ ਕਿ ਹੁਣ ਕਾਫੀ ਬੜੇ ਹੋ ਚੁੱਕੇ ਆ ਬੂਟੇ, ਉਹਨਾਂ ਦਾ ਸਾਨੂੰ ਫਾਇਦਾ ਵੀ ਮਿਲਦਾ ਆ। ਲੇਕਿਨ ਅਸੀਂ ਚਾਹੁੰਦੇ ਹਾਂ ਵੀ ਮੰਨ ਲਓ ਜਿੱਦਾਂ ਹੁਣ ਬੱਚੇ ਨੇ ਕਿਹਾ ਵੀ ਉੱਥੇ ਬੋਰ ਹੋਵੇ ਤਾਂ ਆਪਣੇ ਪਿੰਡ ਨੂੰ ਵੀ ਸਹੂਲਤ ਹੋਊਗੀ ਪਾਣੀ ਦੀ, ਔਰ ਗਰਾਊਂਡ ਨੂੰ ਵੀ ਪਾਣੀ ਲੱਗੂਗਾ ਪੱਕੇ ਤੌਰ 'ਤੇ, ਗਰਾਊਂਡ ਦੀ ਸਿੰਜਾਈ ਹੋਊਗੀ ਤਾਂ ਵਧੀਆ ਹੋ ਲੂਗੀ, ਨਿਆਣੇ ਖੇਡਣ ਨੂੰ ਵੀ ਆਊਗੇ ਜੀ, ਕਿਉਂਕਿ ਜਦੋਂ ਆਲੇ ਦੁਆਲੇ ਜਾਂਦੇ ਗਰਾਊਂਡਾਂ ਬਹੁਤ ਵਧੀਆ ਬਣੀਆਂ ਦੇਖਦੇ ਆ, ਸਟੇਡੀਅਮ ਬਣੇ ਦੇਖਦੇ ਆ। ਹੁਣ ਤੁਸੀਂ ਜਾ ਕੇ ਥੋੜ੍ਹਾ ਦੇਖਿਓ ਉੱਥੇ ਸਟੇਡੀਅਮ 'ਤੇ ਪੌੜੀਆਂ ਬਣਾਈਆਂ, ਉਹ ਮੇਰੇ ਖਿਆਲ ਸਾਲ ਨਹੀਂ ਪੌੜੀਆਂ ਨੇ ਕੱਢਿਆ, ਮਾੜਾ ਜਿਹਾ ਮੀਂਹ ਪਿਆ ਤਾਂ ਫੋਲੀਆਂ ਧੱਸ ਗਈਆਂ ਥੱਲੇ ਨੂੰ, ਲੇਕਿਨ ਪੈਸਾ ਲਾਇਆ ਪਰ ਪੈਸਾ ਪਾਣੀ ਦੇ ਵਿੱਚ ਬਰਬਾਦ ਕਰ ਦਿੱਤਾ। ਮੈਂ ਤਾਂ ਇਹ ਗੱਲ ਕਹੂੰਗਾ, ਔਰ ਮੈਂ ਡਰਨਾ ਨਹੀਂ ਕਹਿੰਦਾ, ਇਹ ਸਰਪੰਚ ਨੇ ਕੀਤਾ ਜਾਂ ਕਿਨੇ ਵੀ ਕੀਤਾ, ਲੇਕਿਨ ਬਹੁਤ ਖਸਤਾ ਹਾਲਤ ਦਾ ਚੀਜ਼ ਬਣੀ ਆ ਉਹ। ਤੁਸੀਂ ਮਾੜਾ ਜਿਹਾ ਉੱਥੇ ਚਾਨਣ ਪਾ ਕੇ ਆਇਓ, ਵੀਡੀਓ ਲਿਓ ਮਾੜੀ ਜੀ, ਗ੍ਰਾਫੀ ਕਰਿਓ ਉਹਦੀ, ਤਾਂ ਜੋ ਤੁਹਾਨੂੰ ਵੀ ਔਰ ਮੀਡੀਆ 'ਚ ਵੀ ਪਤਾ ਲੱਗੇ ਵੀ ਮਤਲਬ ਕੀ ਵਿਕਾਸ ਹੋਇਆ। ਹਾਂਜੀ ਸਰ, ਡਾਕਟਰ ਰਾਜਕੁਮਾਰ ਇੱਥੋਂ ਦੇ ਵਿਧਾਇਕ ਰਹਿ ਚੁੱਕੇ ਨੇ ਅਤੇ ਲੋਕ ਸਭਾ ਚੋਣ ਜਿੱਤ ਕੇ ਅੱਗੇ ਜਾ ਚੁੱਕੇ ਨੇ, ਅਤੇ ਹੁਣ ਇੱਥੋਂ ਦਾ ਵਿਧਾਇਕ ਕਿਸ ਤਰ੍ਹਾਂ ਦਾ ਉਮੀਦਵਾਰ ਭਾਲਦੇ ਤੁਸੀਂ? ਜਿਹੜਾ ਉਮੀਦਵਾਰ ਆ, ਸਾਨੂੰ ਤਾਂ ਕੰਮ ਕਰਨ ਵਾਲਾ ਉਮੀਦਵਾਰ ਚਾਹੀਦਾ, ਸਾਡੇ ਲਈ ਤਾਂ ਦੋਨੇ ਉਮੀਦਵਾਰ ਵਧੀਆ ਨੇ, ਜਿਹੜਾ ਕੰਮ ਕਰੂਗਾ ਉਹ ਸਾਡੇ ਲਈ ਬੈਸਟ ਹੋਊਗਾ, ਕਿਉਂਕਿ ਅਸੀਂ ਕਿਸੇ ਮੇਨ ਵਿਅਕਤੀ ਦੇ ਨਹੀਂ, ਮੈਂ ਚਾਹੁੰਦਾ ਹਾਂ ਕਿ ਮੈਂ ਤਾਂ ਪਹਿਲਾਂ ਆਪਣੇ ਵਿਕਾਸ ਚਾਹੀਦੇ ਸਾਨੂੰ, ਜੇ ਸਾਨੂੰ ਵਿਕਾਸ ਦੇ ਸਾਡੇ ਕੰਮ ਹੋ ਜਾਣ, ਵਿਅਕਤੀ ਵਿਸ਼ੇਸ਼ ਨਹੀਂ ਹੈਗਾ, ਮਤਲਬ ਅਸੀਂ ਲੋਕਾਂ ਦੇ ਵਿੱਚ ਵਿਚਰਦੇ। ਮੈਂ ਖੁਦ ਕਿਸੇ ਤੋਂ ਵੋਟ ਮੰਗੀ ਆ, ਉਸਨੇ ਵੋਟ ਮੈਨੂੰ ਤਾਂ ਪਾਈ ਆ, ਮੈਨੂੰ ਕਿਹਾ ਵੀ ਮੇਰੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਸਾਡੇ ਪਿੰਡ 'ਚ ਵਿੱਚ ਸੀਗੀ, ਮੈਨੂੰ ਕਹਿੰਦੇ ਵੋਟ ਤਾਂ ਪਾ ਦੇਵਾਂਗੇ ਪਰ ਪਾਣੀ ਦੀ ਸਮੱਸਿਆ ਅਸੀਂ ਤੈਨੂੰ ਕਹਿਣੀ ਆ ਕੇ। ਜਦੋਂ ਸਵਾਲ ਸਾਨੂੰ ਪੁੱਛਦੇ ਆ ਤਾਂ ਸਾਨੂੰ ਸਵਾਲ ਦਾ ਜਵਾਬ ਦੇਣਾ ਔਖਾ ਹੋ ਜਾਂਦਾ, ਇਸ ਕਰਕੇ ਅਸੀਂ ਉਹ ਚਾਹੁੰਦੇ ਹਾਂ ਕਿ ਕੰਮ ਉਹ ਹੋਣ, ਬੰਦਾ ਮੋਰੇ ਉਹ ਆਵੇ ਜਿਹੜਾ ਵੀ ਸਾਡੀ ਗੱਲ ਸੁਣ ਕੇ, ਜੇ ਵਿਅਕਤੀ ਨੇ ਸਾਨੂੰ ਦੱਸਿਆ ਸਾਡੀ ਵੀ ਗੱਲ ਸੁਣਨ ਵਾਲਾ ਮੋਰੇ ਬੰਦਾ ਹੋਵੇ ਕਿ ਅਸੀਂ ਉਹਨੂੰ ਮੁੱਦੇ ਨੂੰ ਲੈ ਕੇ ਜਾਈਏ, ਉਹ ਮੁੱਦਾ ਸਾਡਾ ਹੱਲ ਹੋ ਜਾਵੇ ਅਤੇ ਪਿੰਡ ਵਾਲੇ ਵੀ ਖੁਸ਼ ਹੋ ਸਕਣ। ਹਾਂਜੀ ਬਾਪੂ ਜੀ ਸਾਡੇ ਨਾਲ ਖੜੇ ਨੇ, ਬਾਪੂ ਜੀ ਕੁਛ ਨਹੀਂ ਕਹਿ ਹੋਇਆ। ਹਾਂਜੀ ਮੈਂ ਪਤਾ ਹੀ ਨਹੀਂ ਮੈਨੂੰ ਕਹਿਣ ਦਾ, ਪਿੰਡ ਬਾਰੇ ਕੀ ਕਹਿਣਾ ਚਾਹੋਗੇ, ਵਿਕਾਸ ਨੂੰ ਲੈ ਕੇ ਕਿੱਦਾਂ ਦੀਆਂ ਪਿੰਡ ਦੇ ਵਿੱਚ ਤਰੱਕੀਆਂ ਹੋਈਆਂ ਨੇ ਉਪਲਬਧੀਆਂ, ਪਹਿਲਾਂ ਨਾਲੋਂ ਕਿੰਨਾ ਕੁ ਵਿਕਾਸ ਹੋ ਚੁੱਕਿਆ? ਸਾਡੇ ਪਿੰਡ ਦਾ ਵਿਕਾਸ ਤਾਂ ਜੀ ਇੰਨਾ ਹੋਇਆ ਨਹੀਂ ਹੈ, ਅਜੇ ਜਿੱਥੇ ਕੰਮ ਰੁਕਿਆ ਉੱਥੇ ਹੀ ਕੰਮ ਆ। ਅਸੀਂ ਚਾਹੁੰਦੇ ਸਾਨੂੰ ਪਾਣੀ ਦੀ ਵੀ ਸਮੱਸਿਆ ਸਾਡੇ ਪਾਣੀ ਦੀ ਹੱਲ ਹੋਵੇ, ਹੋਰ ਨਾਲੀਆਂ ਦਾ ਬਹੁਤ ਆ ਸਾਡੇ ਪਿੰਡ ਦਾ, ਜੇ ਪਾਣੀ ਰੁਕਿਆ ਆ
ਉਹ ਹੋਈ ਨਹੀਂ ਪਹਿਲਾਂ ਪਾਣੀ ਦਾ ਨਿਕਾਸ ਨਹੀਂ ਕਰਦੇ ਔਰ ਡਾਕਟਰ ਸਾਹਿਬ ਕਹਿ ਕੇ ਵੀ ਗਏ ਆ ਅਜੇ ਤਾਂ ਕੀਤਾ ਨਹੀਂ ਹੈ ਸਾਡੀ ਤਾਂ ਇਹੋ ਸਮੱਸਿਆ ਵੀ ਸਾਡੇ ਕੰਮ ਕਰਨ ਵਿਕਾਸ ਵਾਲੇ ਕੰਮ ਕਰਨ ਜ਼ਿਮੀਦਾਰੀ ਕਰਦੇ ਹੋ ਹਾਂਜੀ ਜ਼ਿਮੀਦਾਰੀ ਅਤੇ ਜੋ ਫਸਲ ਤੁਸੀਂ ਮੰਡੀ 'ਚ ਵੇਚਦੇ ਹੋ ਪੂਰਾ ਮੁੱਲ ਮਿਲਦਾ ਉਹਦਾ ਕਿ ਨਹੀਂ ਮੁੱਲ ਮਿਲਦਾ ਜੀ ਮੁੱਲ ਮਿਲਦਾ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਪਿੰਡ ਵਾਸੀਆਂ ਨੂੰ ਜਾਂ ਸਰਕਾਰ ਨੂੰ ਅਪੀਲ ਤਾਂ ਸਿੱਖਿਆ ਹੋਰ ਕੁਛ ਨਹੀਂ ਦੱਸਣਾ ਚਾਹੁੰਦੇ ਤੁਹਾਨੂੰ ਪਹਿਲਾਂ ਕਿਹਾ ਹਾਂਜੀ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.